ਫਿਰੋਜ਼ਪੁਰ ਦੇ ਵਿੱਚ ਪ੍ਰੋਫੈਸਰ ਜਿਹੜਾ ਉਹ ਧਰਨੇ 'ਤੇ ਬੈਠ ਗਏ। ਧਰਨੇ 'ਤੇ ਬੈਠਣ ਦਾ ਕਾਰਨ ਇਹ ਹੈਗਾ ਕਿ ਇੱਕ ਨਿੱਜੀ ਕਾਲਜ ਜਿਹੜਾ ਹੈਗਾ ਉਹਨਾਂ ਦੇ ਵੱਲੋਂ 3 ਪ੍ਰੋਫੈਸਰ ਜਿਹੜੇ ਉਹ ਬਾਹਰ ਕੱਢ ਦਿੱਤੇ ਗਏ। 2 ਪੰਜਾਬੀ ਦੇ ਅਤੇ 1 ਹਿਸਟਰੀ ਦੇ ਜਿਹੜਾ ਪ੍ਰੋਫੈਸਰ ਹੈ ਉਹ ਕੱਢੇ ਗਏ ਹੈਗੇ ਆ, ਜਿਹਦੇ ਕਰਕੇ ਜਿਹੜਾ ਰੋਸ਼ ਹੈ ਉਹ ਵੱਧ ਗਿਆ, ਧਰਨਾ ਜਿਹੜਾ ਉਹ ਲੱਗ ਗਿਆ ਹੈਗਾ। ਤਾਂ ਵੱਖ ਵੱਖ ਜਥੇਬੰਦੀਆਂ ਨੇ ਜਿਹੜੀ ਹੈ ਹਮਾਇਤ ਦੇ ਦਿੱਤੀ ਹੈ, ਅਧਿਆਪਕਾਂ ਨੇ ਜਿਹੜੀ ਹਮਾਇਤ ਦਿੱਤੀ ਹੈਗੀ ਹੈ, ਸਟੂਡੈਂਟਸ ਨੇ ਜਿਹੜੀ ਹਮਾਇਤ ਦਿੱਤੀ ਹੈਗੀ। ਉਹਨਾਂ ਦਾ ਕਹਿਣਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਹੈਗਾ ਸੀਗਾ। ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ, AUCT ਵੱਲੋਂ ਜਿਹੜਾ ਧਰਨਾ ਲਗਾ ਦਿੱਤਾ ਗਿਆ ਹੋਇਆ, ਐਸੋਸੀਏਸ਼ਨ ਆਫ ਮਿਊਨਿਟ ਕਾਲਜ ਫਿਰੋਜ਼ਪੁਰ ਅਧਿਆਪਕ ਏਕਤਾ ਜਿੰਦਾਬਾਦ ਵੱਲੋਂ ਲਗਾ ਦਿੱਤਾ ਗਿਆ, ਵੱਖ ਵੱਖ ਜਥੇਬੰਦੀਆਂ ਵੱਲੋਂ, ਸਟੂਡੈਂਟਸ ਵੱਲੋਂ ਜਿਹੜਾ ਉਹ ਲਗਾ ਦਿੱਤਾ ਗਿਆ ਹੈਗਾ। ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਜਿਹੜੇ ਅਧਿਆਪਕ ਹੈ ਜਿਹੜੇ ਬੱਚਿਆਂ ਨੂੰ ਅੱਗੇ ਵਧਣ ਦੇ ਲਈ ਪੜ੍ਹਾਉਂਦੇ ਹੈਗੇ ਹੈ, ਮਾਪਿਆਂ ਤੋਂ ਬਾਅਦ ਅਧਿਆਪਕ ਆਉਂਦੇ, ਕਿਉਂਕਿ ਅਧਿਆਪਕ ਹੀ ਸਕੂਲ ਦੇ ਵਿੱਚ ਔਰ ਕਾਲਜਾਂ ਦੇ ਵਿੱਚ ਪੜ੍ਹਾਉਂਦੇ ਆ ਤਾਂ ਕਿ ਬੱਚੇ ਕੁਛ ਬਣ ਸਕਣ। ਪਰ ਅੱਜ ਹਾਲਾਤ ਇਹ ਹੈ ਕਿ ਜਿਹੜੇ ਪ੍ਰੋਫੈਸਰਾਂ ਨੂੰ ਹੀ ਧਰਨੇ 'ਤੇ ਜਿਹੜਾ ਉਹ ਬੈਠਣਾ ਪੈ ਗਿਆ ਹੈਗਾ। ਹਾਲਾਂਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਔਰ ਜਲਦ ਤੋਂ ਜਲਦ ਜਿਹੜਾ ਇਹਨਾਂ ਨੂੰ ਬਹਾਲ ਕਰਾਉਣ ਦੇ ਲਈ ਗੱਲ ਕਰਨੀ ਚਾਹੀਦੀ ਹੈਗੀ ਹੈ। ਮੈਨੇਜਮੈਂਟ ਜਿਹੜੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਹਾਂ ਕਿ ਉਹਨਾਂ ਨੇ ਕਿਉਂ ਜਿਹੜਾ ਕੱਢਿਆ ਹੈਗਾ। ਸਾਡੇ ਸਾਥੀ ਜਿਹੜੇ ਹੈ ਡਾਕਟਰ ਕੁਲਦੀਪ, ਡਾਕਟਰ ਮਨਜੀਤ ਕੌਰ ਅਤੇ ਪ੍ਰੋਫੈਸਰ ਲਕਸ਼ਮਿੰਦਰ, ਇਹਨਾਂ ਨੂੰ ਮੈਨੇਜਮੈਂਟ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਕੱਢਿਆ। ਇਸ ਕਰਕੇ ਸਾਡੀ ਜਥੇਬੰਦੀ ਇਹਨਾਂ ਨੂੰ ਸਪੋਰਟ ਕਰਨ, ਇਹਨਾਂ ਨੂੰ ਜੁਆਇਨ ਕਰਾਉਣ ਦੇ ਲਈ ਆਈ ਹੈ, ਕਿਉਂਕਿ ਇਹਨਾਂ ਨੂੰ ਗੈਰ ਕਾਨੂੰਨੀ ਮੈਂ ਸ਼ਬਦ ਤਾਂ ਵਰਤਿਆ ਕਿਉਂਕਿ ਪੰਜਾਬ ਯੂਨੀਵਰਸਿਟੀ ਤੋਂ ਨਾ ਤਾਂ ਇਹਨਾਂ ਨੇ ਪਰਮਿਸ਼ਨ ਲਈ ਹੈ, ਜਿਸ ਯੂਨੀਵਰਸਿਟੀ ਤੋਂ ਇਹਨਾਂ ਨੇ ਐਫੀਲੀਏਸ਼ਨ ਲਈ ਹੈ, ਅਤੇ ਨਾ ਪੰਜਾਬ ਸਰਕਾਰ ਤੋਂ ਇਹਨਾਂ ਨੇ ਪਰਮਿਸ਼ਨ ਲਈ ਹੈ, ਕਿਉਂਕਿ ਜਿਨ੍ਹਾਂ ਤੋਂ ਇਹ 95% ਗ੍ਰਾਂਟ ਜਿਹੜੀ ਹੈ ਉਹ ਪਿਛਲੇ 45 ਵਰ੍ਹਿਆਂ ਤੋਂ ਲੈ ਰਹੇ ਆ, ਕਰੋੜਾਂ ਰੁਪਈਆ ਇਹਨਾਂ ਨੇ ਲੈ ਲਿਆ, ਅਤੇ ਪੰਜਾਬ ਸਰਕਾਰ ਨੇ ਕੀ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ? ਸੋ ਇਸ ਕਰਕੇ ਇਹਨਾਂ ਨੇ ਨਿਯਮਾਂ ਦੀਆਂ ਪੂਰੀ ਤਰ੍ਹਾਂ ਨਾਲ ਧੱਜੀਆਂ ਉਡਾਈਆਂ ਨੇ। ਸੋ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਔਰ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਕਾਲਜਾਂ ਨੇ, ਇਹ ਸਿਰਫ RSD ਕਾਲਜ ਤਾਂ ਚਲੋ ਇੱਕ ਐਗਜ਼ਾਮਪਲ ਸੈੱਟ ਹੋਈ ਹੈ, ਪੰਜਾਬ ਦੇ ਬਹੁਤ ਸਾਰੇ ਕਾਲਜਾਂ 'ਚ ਇਹੀ ਹਾਲਾਤ ਬਣੇ ਹੋਏ ਆ। ਹਾਇਰ ਐਜੂਕੇਸ਼ਨ ਨੂੰ ਤਬਾਹ ਕਰਨ 'ਤੇ ਮੈਨੇਜਮੈਂਟਾਂ ਆਈਆਂ ਹੋਈਆਂ ਨੇ ਕਿ ਅਸੀਂ ਹਾਇਰ ਐਜੂਕੇਸ਼ਨ ਖਤਮ ਹੀ ਕਰ ਦੇਣੀ ਹੈ। ਸੋ ਸਰਕਾਰ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਇਸ ਕਾਲਜ 'ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਪੰਜਾਬ ਯੂਨੀਵਰਸਿਟੀ ਜਲਦ ਤੋਂ ਜਲਦ ਇਸ ਕਾਲਜ ਨੂੰ ਡਿਸਐਫੀਲੀਏਟ ਕਰੇ। ਮੈਡਮ ਵੱਲੋਂ ਬਹੁਤ ਮਾੜੀ ਗੱਲ ਹੈ ਜੀ, ਬਈ ਤੁਸੀਂ ਸਾਡੇ ਟੀਚਰਾਂ ਨੂੰ ਇੰਨਾ ਡਿਪਰੈਸ਼ਨ 'ਚ ਲੈ ਆਉਂਦਾ, ਇੰਨਾ ਸਟ੍ਰੈਸ ਲੈਵਲ ਉਹਨਾਂ ਦਾ ਵਧਾ ਦਿੱਤਾ ਕਿ ਇੱਕ ਟੀਚਰ ਜਿਹਨੇ ਨੌਜਵਾਨਾਂ ਨੂੰ ਸੇਧ ਦੇਣੀ ਹੈ ਉਹ ਖੁਦ ਮਜਬੂਰ ਹੋ ਰਿਹਾ ਕਿ ਇਹ ਉਹਨੂੰ ਮਤਲਬ ਸੁਸਾਈਡ ਕਮਿਟ ਕਰਨਾ ਪਵੇ, ਔਰ ਤੁਸੀਂ ਹੈਰਾਨ ਹੋਵੋਗੇ ਉਹਨੇ ਸੁਸਾਈਡ ਕਮਿਟ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖੀ ਕਿ ਮੈਨੂੰ ਜੀ ਇੱਦਾਂ ਕੱਢ ਦਿੱਤਾ ਗਿਆ ਗੈਰ ਕਾਨੂੰਨੀ ਢੰਗ ਦੇ ਨਾਲ ਅਤੇ ਮੈਂ ਕਿਤੇ ਖੁਦਕੁਸ਼ੀ ਨਾ ਕਰ ਲਵਾਂ। ਪੰਜਾਬ ਸਰਕਾਰ ਨੇ ਕੋਈ ਸੰਗਿਆਨ ਨਹੀਂ ਲਿਆ, ਚੀਫ ਮਿਨਿਸਟਰ ਨੂੰ ਚਿੱਠੀ ਜਾਵੇ, ਇੱਕ ਪਾਸੇ ਤਾਂ ਤੁਸੀਂ ਇੱਕ ਫੋਨ ਨੰਬਰ ਜਾਰੀ ਕਰਦੇ ਹੋ ਕਿ ਕਰਪਸ਼ਨ ਹੈ ਤਾਂ ਦੱਸੋ ਜੀ, ਅਤੇ ਇੱਧਰ ਤੁਹਾਨੂੰ ਇੱਕ ਅਧਿਆਪਕ ਲਿਖ ਰਿਹਾ ਹਾਇਰ ਐਜੂਕੇਸ਼ਨ ਨੂੰ ਪੜ੍ਹਾ ਰਿਹਾ ਉਹ, ਅਤੇ ਉਹ ਲਿਖ ਰਿਹਾ ਕਿ ਮੈਂ ਜੀ ਸੁਸਾਈਡ ਕਮਿਟ ਕਰਨਾ। ਕੀ ਸਰਕਾਰ ਨੇ ਪੁੱਛਿਆ ਕਿ ਇਹ ਸਾਡੀ ਕੁੜੀ ਕਿਉਂ ਸੁਸਾਈਡ ਕਮਿਟ ਕਰਨ ਜਾ ਰਹੀ ਹੈ? ਸੋ ਇਸ ਕਰਕੇ ਸਾਨੂੰ ਪੰਜਾਬ ਸਰਕਾਰ 'ਤੇ ਵੀ ਗਿਲਾ, ਹਾਇਰ ਐਜੂਕੇਸ਼ਨ ਮਿਨਿਸਟਰ ਸਰਦਾਰ ਹਰਜੋਤ ਸਿੰਘ ਬੈਂਸ 'ਤੇ ਵੀ ਗਿਲਾ ਕਿ ਬੈਂਸ ਸਾਹਿਬ ਤੁਸੀਂ ਸਕੂਲ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ ਤਾਂ ਦਿਨ ਰਾਤ ਲੱਗੇ ਹੋ, ਹਾਇਰ ਐਜੂਕੇਸ਼ਨ ਦੀ ਪ੍ਰਮੋਸ਼ਨ ਲਈ ਤੁਸੀਂ ਇੱਕ ਕਦਮ ਦੱਸੋ ਜਿਹੜਾ ਪੰਜਾਬ 'ਚ ਚੱਕਿਆ ਹੋਵੇ ਬੈਂਸ ਸਾਹਿਬ ਨੇ। ਮੈਨੂੰ ਨਹੀਂ ਲੱਗਦਾ ਕਿ ਉਹ 10 ਪਾਣਗੇ ਆ ਕੇ ਇੱਥੇ ਟੀਚਰਾਂ ਦੇ ਵਿੱਚ ਵੀ ਹਾਇਰ ਐਜੂਕੇਸ਼ਨ ਦੇ ਲਈ ਅਸੀਂ ਆਹ ਕੰਮ ਕੀਤਾ। ਮੰਗ ਸਾਡੀ ਇਹ ਹੈ ਜੀ ਕਿ ਜਲਦ ਤੋਂ ਜਲਦ ਵਿਦ ਇਨ ਏ ਡੇ ਔਰ ਟੂ ਇਹਨਾਂ ਟੀਚਰਾਂ ਨੂੰ ਜਿਹੜਾ ਉਹ ਜੁਆਇਨ ਕਰਾਇਆ ਜਾਵੇ। ਜਥੇਬੰਦੀ ਦਿਨ ਰਾਤ ਇੱਥੇ ਬੈਠੀ ਹੈ, ਅਣਮਿੱਥੇ ਸਮੇਂ ਦਾ ਸਾਡਾ ਧਰਨਾ, ਉਦੋਂ ਤੱਕ ਨਹੀਂ ਉੱਠਣਾ ਪੰਜਾਬ ਦੇ ਟੀਚਰਾਂ ਨੇ ਜਦ ਤੱਕ ਕਿ ਇਹਨਾਂ ਨੂੰ ਜੁਆਇਨ ਨਾ ਕਰਾਇਆ ਜਾਏਗਾ। ਔਰ ਹਰ ਰੋਜ਼ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਟੀਚਰ ਕਾਲਜਾਂ ਦੇ ਆਉਂਦੇ ਰਹਿਣਗੇ। ਸਰ ਅਸੀਂ ਸਰ RSD ਕਾਲਜ ਦੇ 3 ਸੀਨੀਅਰ ਟੀਚਰ ਸੀਗੇ, ਮੈਂ ਕੁਲਦੀਪ ਸਿੰਘ ਮੁਖੀ ਪੰਜਾਬੀ ਵਿਭਾਗ, ਡਾਕਟਰ ਮਨਜੀਤ ਕੌਰ ਪੰਜਾਬੀ ਵਿਭਾਗ ਅਤੇ ਪ੍ਰੋਫੈਸਰ ਲਕਸ਼ਮਿੰਦਰ ਹਿਸਟਰੀ ਡਿਪਾਰਟਮੈਂਟ। ਸਾਨੂੰ ਅਸੀਂ ਪਿਛਲੇ 13 ਸਾਲਾਂ ਤੋਂ ਇੱਥੇ ਪਰਮਾਨੈਂਟ ਪੋਸਟ 'ਤੇ ਕੰਮ ਕਰ ਰਹੇ ਸੀਗੇ। 31 ਜੁਲਾਈ ਨੂੰ ਸਾਨੂੰ ਅਚਨਚੇਤ ਇੱਕ ਰਿਲੀਵਿੰਗ ਲੈਟਰ ਕਾਲਜ ਵੱਲੋਂ ਮਿਲ ਜਾਂਦੀ ਹੈ, ਜਿਹਦਾ ਕੋਈ ਕਾਰਨ ਨਹੀਂ ਹੈ, ਉਹ ਬਹਾਨਾ ਬਣਾਇਆ ਗਿਆ ਕਿ ਵਰਕਲੋਡ ਕਾਲਜ ਵਿੱਚ ਨਹੀਂ। ਅਸੀਂ ਡਿਪਾਰਟਮੈਂਟ ਆਫ ਪੰਜਾਬੀ ਦੀ ਪੋਸਟ 'ਤੇ ਕੰਮ ਕਰ ਰਹੇ ਸੀ, ਪੰਜਾਬੀ ਲਾਜ਼ਮੀ ਵਿਸ਼ਾ ਸਾਰੇ ਕਾਲਜ ਦੇ ਬੱਚੇ ਪੜ੍ਹਦੇ ਨੇ, ਅਤੇ ਇਵਨ ਕਿ ਅਸੀਂ ਡਿਪਾਰਟਮੈਂਟ ਦੇ ਵਿੱਚ 4 ਟੀਚਰ ਕੰਮ ਕਰ ਰਹੇ ਸੀਗੇ। ਸਾਨੂੰ BA ਦੇ ਵਿੱਚ ਵੀ ਸਾਨੂੰ ਘੱਟੋ ਘੱਟ 6 ਟੀਚਰਾਂ ਦੀ ਅਜੇ ਹੋਰ ਲੋੜ ਸੀ। ਮੈਂ ਵਰਕ ਪਲੈਨ ਬਣਾ ਕੇ ਦਿੱਤਾ ਸੀਗਾ, ਵਰਕਲੋਡ ਬਣਾ ਕੇ ਦਿੱਤਾ ਸੀ, ਜਿਹਦੇ 'ਚ ਮੈਂ ਕਾਲਜ ਆਫਿਸ ਦੇ ਵਿੱਚ ਪ੍ਰਿੰਸੀਪਲ ਨੂੰ 6 ਟੀਚਰਾਂ ਦੀ ਮੰਗ ਕੀਤੀ ਸੀ, 4 ਅਸੀਂ ਸੀਗੇ, ਬਾਕੀ ਟੀਚਰ ਅਸੀਂ ਹੋਰ ਸਾਨੂੰ ਚਾਹੀਦੇ ਸੀਗੇ। ਅਤੇ ਉਹਨਾਂ ਨੇ ਉਹ ਟੀਚਰ ਹੋਰ ਨਵੇਂ ਭਰਤੀ ਤਾਂ ਕੀ ਕਰਨੇ ਸੀਗੇ, ਜਿਹੜੇ ਅਸੀਂ 2 ਸੀਨੀਅਰ ਟੀਚਰ ਸੀ, ਸਾਨੂੰ ਵੀ ਹੁਣ ਰਿਲੀਵ ਕਰ ਦਿੱਤਾ। ਅਤੇ ਹੁਣ ਜੇ ਕਾਲਜ ਦੀ ਪਿਛਲੇ ਸਾਲ ਸਟਰੈਂਥ 1650 ਸੀਗੀ,
तो हूँ जो कॉलेज की स्ट्रेंथ 1500 होंगी है 1600 होंगी है तो की इन्ने बच्चों सिर्फ दो टीचर ही पढ़ा पाएंगे जिते सू टीचर चाहिए थे। उल्टा कॉलेज मैनेजमेंट ने एस पी आनंद एक डायरैक्टर है साढ़े इतने उन्होंने ये नुकसान किया। ये नुकसान मैं कहना उन्होंने तीन टीचर नहीं कढ़े जिते साड़ी सरकार ये दावा करती है कि असी सिक्ख्या ते सेहत नू उस मुद्दे ते वो आए ने इत्थे सरकार बनी है तो हायर एजुकेशन का सिक्ख्या का इन्ना माड़ा हाल हो रहा उन्होंने तीन टीचर नहीं कढ़े इस मैनेजमेंट ने इस डायरैक्टर ने पंजाबी भाषा नू इस संस्था के विचों कढ़न की कोशिश की। हाँ जी नैचुरली उन्होंने जदों तुसी एक बंदे नू इन्नी परमानेंट पोस्ट पर काम करदे आ तुसी उन्हां नू बिना कोई अगाऊ नोट्स दिते आ एकदम ही आके एकदम कह दिता कि कल तो तुसी कॉलेज नहीं आना अज तो तुसी रिलीव हो गए तो उन्होंने इस दा मैंटल स्टे अपने स्ट्रैस नू ना सहारदिया होया स्लीपिंग पिल्स की ओवर डोज लै ली जिदे च उन्हां दी जान भी जा सकती सी। तो जे इस तरह कुछ भी हुंदा तो इहदे सीधे तो सीधे जिम्मेवार साडी मैनेजमेंट तो डायरैक्टर एस पी आनंद हो हूँ उन्हों की हालत कल शाम तक उन्होंने बिल्कुल अनकॉन्शियस से उन्होंने होश नहीं आया शाम उन्होंने होश तो आया पर अजे भी वह गलबात करने की स्थिति नहीं है अजे भी हालत जी गंभीर उन्होंने ठीक नहीं है। डॉक्टर का कहना कि घट्टो घट 24 घंटे सानू बहुत ज़्यादा मुश्तैदी उन्होंने देखना पड़ेगा। असं मंग यही कर रहे हैं कि सर साडा अपना कॉलेज है इस इलाके की सिरमौर संस्था सी ये तो एक इमेज सगा उस इमेज ना बिगाड़िया जाए सानू तीन टीचरों जिन बिना किसी कारण तो कढ़िया गया सानू जल्दी तो जल्दी बहाल कराया जाए कि असी इस काम लिए दिन रात काम किया असी इस कॉलेज लिए काम करांगे ये साडा अपना कॉलेज है। असी जी स्टूडेंट फैडरेशन ऑफ इंडिया वालों आएंगे ठीक है जी तो साड़ी जी ऑल ओवर इंडिया के असी काम कर देंगे इतने असी इस धरने के समर्थन के आएंगे भी जेड़े भी प्रोफेसर साढ़े इस मैनेजमेंट द्वारा कढ़े गए आ साड़ी उन्होंने पूरी हमदर्दी है तो सहमती है भी उन्होंने जल्दी तो जल्दी वापस कॉलेजों के बुलाया जाए। तो हूँ असी ये जे अगे गल तोरीए तो हूँ ये तुम देखो भी जेडे इतने प्रोफेसर ने पी एच डियाँ करवा रहे हैं तो असी स्टूडेंट आगे तो कॉलेजों के यूनिवर्सिटियों के सू प्रोफेसर की लड़ है तो एक पास तो यह हों भी असी रिसर्च करवानी है तो दूजे पास की हो रहा है प्रोफेसर कढ़े जा रहे हैं तो हूँ जो प्रोफेसर नहीं होंगे तो रिसर्च स्कॉलर कितों होंगे जे रिसर्च स्कॉलर नहीं होंगे तो प्रोफेसर कितों होंगे ठीक है जी। हूँ ये ही गल ये जुड़ती है कि भी जो तक किसी रुजगार नहीं मिलेगा हूँ असं यूनिवर्सिटियों के बह के आपदे सारी रिसर्च करते हैं प्रॉपर तरीके आपदी असी रिसर्च कर रहे हैं पाँच पाँच छे छे साल ला रहे हैं पर उस तो बाद हो रहा सानू अगे जो जॉब नहीं दिखती तो इदा के जोड़े साढ़े प्रोफेसर ने उन्होंने कढ़िया जा रहा है उन्होंने कम नहीं दिता जा रहा तो उस तो असी की उन्होंने देखा तो सू नौकरियां सूँ कितों दिखदिया ने गियाँ उस तो अलावा तो साढ़े कोई चारा है नहीं होर पास असं कित जा नहीं सकते उम्र साढ़िया 30 to 32, 35, 35 40 साल दियाँ हो जाए सिर्फ पी एच डी करके कि असी इतने रोलना गा तो हूँ साड़ी यही मंग आ भी जोड़े साढ़े प्रोफेसर ने गे उन्होंने जल्दी तो जल्दी कॉलेज के दोबारा उमें ही बहाल किया जाए जेकर वो बहाल नहीं किया जाता असी इस संघर्ष के नाल असी यदि हमायत करते हैं तो होर बढ़ चढ़ के ये हिस्सा पावे सर जेडे तीन टीचर रिलीव किया गया उन्होंने दो टीचर पंजाबी दे एक टीचर हिस्टरी का कॉलेज को पिछले कुछ साल तो एम ए पंजाबी ते एम ए हिस्टरी की जी स्ट्रेंथ आ 10 तो घट सी यूनिवर्सिटी के निजम के मुताबक यूनिवर्सिटी अक्तूबर या नवंबर में दस दिता गया सी कि कॉलेजों के लगातार स्ट्रेंथ घट रही है 10 तो थले आ यूनिवर्सिटी के निजम के मुताबक इन्हों बंद किया जा सकता तो असी इन्हों कमिंग साल तो बंद कर रहे हैं। जदों कोर्स बंद हो गए कुछ टीचर सरप्लस होए जेडे टीचर सरप्लस होए किवें कीते किहड़े सरप्लस होए क्योंकि मैं उदों चेयर ते नहीं सी मैं तो कल ज्वाइन किया तो एट दैट टाइम वो किवें होए तीन टीचर सरप्लस होए उन्होंने रिलीव किया गया और रिलीविंग जो दिती तो नाल एडवांस 3 महीनों की सैलरी उसका भी चैक का भी हवाला उन्होंने रिलीविंग लैटर में पाया होया कि उन्होंने चैक भी दे इशू कर दिता गया। पर सर उन्होंने कहना कि यूनिवर्सिटी में जोड़ा सी सू लैटर मिली हैगी है कि इदा जो कर नहीं सकता। हाँ यूनिवर्सिटी चीज़ लैके की कर रहे हैं कॉलेज इस चीज़। हाँ जी पहली तो एक सिंपल गल ये है कि यूनिवर्सिटी की जी चिट्ठी है वह प्रिंसीपल के नाम से नहीं है। दूसरा ये है कि यूनिवर्सिटी ने जो चिट्ठी इशू की उस दे विच एक रूल का हवाला दिता होया रूल कोट भी किया हो उस चिट्ठी दे विच कि इस जे तुसी कढ़ना तो इस रूल के मुताबिक कढ़ सकते सी
उस नूं जे तुसी पढ़ोगे तो उहदे विच क्लीयर कट समझ आउंदी है कि यह लिखा है कि 3 महीनों की एडवांस तनखा जां 3 महीनों का एडवांस नोट्स देना बनता जो कि कॉलेज ने पहला ही दिता होया कि उन्हां नूं 3 महीने तनखा का चैक इशू किया होया है। उस तो बाद यूनीवर्सिटी की जिहड़ी चिट्ठी सी उन्हें एडवाइज़ भी किया है कॉलेज नूं कि बंदिआं नूं ज्वाइन करवाओ और नाल बिल्कुल लास्ट लाइन जिहड़ी इह लिख दित्ती कि तुसी जो भी एक्शन लै रहे हो वो एक्शन की रिपोर्ट यूनीवर्सिटी नूं 2 तरीक तक भेजी जाए। जदों मैं कल ज्वाइन करन तो पहलां ये गल डिस्कस की अहुदेदारां नाल तो उन्होंने मैनू ये बड़ा क्लीयर कट शब्दों में दिखाया कि दस्या कि असी 2 तरीक नूं यूनीवर्सिटी नूं चिट्ठी भेज चुके हैं, 2 तरीक नूं उस चिट्ठी का जवाब जा चुकिया जिस चिट्ठी की आपां गल कर रहे हैं और उस तो बाद यूनीवर्सिटी वालों कोई भी किसी तरह की कोई चिट्ठी कॉलेज नूं नहीं है जी। हालांकि इन प्रोफेसर ने कोई गलबात चल रही है कि इस मसले का कोई हल कढ़िया नहीं, एक्चुअली प्रिंसीपल दे प्रव्यू च मसला नहीं है। जे तुसी इस चीज़ नूं डिस्कस ध्यान नाल देखोगे तो ये मैनेजमेंट ते टीचर दे लैटर कोई भी प्रिंसीपल नूं नहीं आ रही तो कोई गलबात चल रही है जां नहीं चल रही उस लई हजे तक मेरे जो ध्यान है कि हजे तक कोई गलबात नहीं चल रही क्योंकि असी भी वेट कर रहे हैं यूनीवर्सिटी की, शायद वो भी वेट कर रहे होंगे प्रोफेसर भी कि यूनीवर्सिटी की कहती है। यूनीवर्सिटी के नियमों के मुताबिक ही जो होना है वही होना है। गलबात का तो रोल उदों आता ना जो असी कोई मतलब किसी इशू पर नैगोशिएशन करनी हो। कारण की मानते हैं क्योंकि बच्चों की स्ट्रेंथ जी घटनी ओवरऑल पंजाब ओवरऑल पंजाब का जे तुसी देखो तो फिरोजपुर दे विच इस कॉलेज तो पहला बहुते बाकी कॉलेजों ने एमए पंजाबी ते हिस्टरी पिछले सालों ही बंद कर दित्तियां। फिरोजपुर च पूरे पंजाब का जे तुसी प्रव्यू लो तो आईलैट्स करके बच्चों की गिनती लगातार डाउनफॉल आया। तुसी अज तो 5 साल पहला दी स्ट्रेंथ कॉलेज पूरे पंजाब दे देखो तो अज दी देखो तो मैनू लगता भी वह 70% रह गई। तो जे स्पैशली पोस्ट ग्रैजुएट कॉलेज की देखो तो उन्होंने मैं आपदे कॉलेज की देखा तो अज तो 6-7 साल पहला जे मेरे को एम ए पंजाबी जां इस कॉलेज सॉरी मेरे को नहीं इस कॉलेज के एम ए पंजाबी जां एम ए हिस्टरी के जे 25 तो 30 बच्चे सी तो अज वो 5 जां 4 जां 8 तक रह गए। तो बच्चों की लगातार पी जी कोर्स के स्ट्रेंथ गिर रही है क्योंकि बच्चे बाहर नूं बहुत जा रहे हैं। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਡਾਕਟਰ ਦਲਜੀਤ ਸਿੰਘ, ਆਫੀਸ਼ੀਏਟਿੰਗ ਪ੍ਰਿੰਸੀਪਲ RST ਕਾਲਜ।